लगता हुण अमृतसर दे विच इंसाफ लैण दे लई आत्मदाह दा सहारा लैणा पएगा, क्योंकि बीते 2-2.5 महीनों तो एक परिवार कदे थाने दे चक्कर मार रहा है, कदे कमिश्नरेट दे या फिर कदे डीसी दफ्तर दे, पर इंसाफ किधरे मिलदा नजर नहीं आ रहा। मामला तकरीबन 2-2.5 महीने पहला अमृतसर दे गेट हकीमा दे विच वापरता है, जिथे एक इलाके च मशहूर गुड्डी प्रधान ते मुंडियां दे वल्लों गुंडा टैक्स जबरन वसूल किया जाता है, जो कि एक दुकानदार तो मंगया गया जिसने देने तो इनकार कर दिता गया। तो बीते 2-3 महीनों तो उसनू रुजगार करन तो रोकया जा रहा है, जिसलिए वह हुण इंसाफ के लिए दर दर ठोकरा खाता नजर आ रहा है, जिसके मद्देनज़र नौजवान अपने परिवार समेत हाथों च पेट्रोल फड़ के डीसी दफ्तर पहुँच गया। देखो ये पूरी खबर। दस दिए कि अमृतसर के गेट हकीमा दे विच एक गुड्डी प्रधान जिसके मुंडियां दे वल्लों इलाके च जबरन वसूली की जाती है, या कह लिए गुंडा टैक्स लगाया गया है। हर दुकानदार तो चीज़ ले ली जाती है, उसे पैसे नहीं दिते जाते, या फिर उन्हें तो गुंडा टैक्स यानी कि जबरन वसूली की जाती है। अजिह एक पीड़ित जिसनू गुंडा टैक्स ना देने कार ना तो दुकानदारी कर दी जा रही है, जेकर वह करनी चाहता भी है तो उसका समान सुट दिता जाता है, जिसनों लैके पीड़ित दे वलों लगातार पुलिस प्रशासन के अगे इंसाफ की गुहार लगाई जा रही है। पर पुलिस प्रशासन इस मामले ढिली कारगुजारी करता नजर आ रहा है। इल्जाम खुद पीड़ित रमेश कुमार वालों लगाए गए हैं कि कुछ कहना सी हाथ च पेट्रोल की बोतल फड़ी और परिवार सहित आत्मदाह करने की धमकी देंदे रमेश कुमार का, आओ सुनते हैं। गुड्डी प्रधान लवली बिल्लू जिन्हें मेरे धक्के थकी ट्विंकल जो कल की मेरे घर आके मेरे गल पे आ गया वा, ਜਿਹਦੀ ਮੇਰੇ ਕੋਲ ਮੌਜੂਦਾ ਵੀਡੀਓ ਵੀ ਹੈਗੀ ਆ ਇਸ ਟਾਈਮ ਵੀ ਕੋਈ ਕੰਪਲੇਂਟ ਕੀਤੀ ਪੁਲਿਸ ਨੂੰ ਸਰ ਆਪਾਂ ਵੀ ਅੱਜ ਤੋਂ 2-2.5 ਮਹੀਨੇ ਹੋ ਗਏ 2-2.5 ਮਹੀਨੇ ਹੋ ਗਏ ਮੈਂ ਚੱਕਰ ਖਾਣਾ ਕਰੀ ਕਚਹਿਰੀ ਕਰੀ ਪੁਲਿਸ ਨੂੰ ਇੱਥੇ ਦਫ਼ਤਰ ਕਰੀ ਗੇਟ ਕੀ ਮਾਂ ਕਰੀ ਡੀ ਐਸ ਪੀ ਸਾਹਿਬ ਕੋ ਮੇਰੀ ਕਿਹੜੀ ਸੁਣਵਾਈ ਨਹੀਂ ਹੋ ਰਹੀ ਕਿਤੇ ਵੀ ਪੁਲਿਸ ਨੂੰ ਸੁਣਵਾਈ ਕਿਉਂ ਨਹੀਂ ਕਰ ਰਹੀ ਪਰ ਪੁਲਿਸ ਜਿਹੜੀ ਗੁੱਡੀ ਵਿਧਾਨ ਹੈ ਜੇ ਗੁੱਡੀ ਵਿਧਾਨ ਦੀ ਚੱਲਦੀ ਹੈ ਜ਼ਿਆਦਾ ਮੌਜੂਦਾ ਵੀ ਉਹ ਮਤਲਬ ਗੁੱਡੀ ਵਿਧਾਨ ਦੀ ਸੁਣਦੇ ਜੋ ਮੈਂ ਬਿਆਨ ਦਿੰਦਾ ਵਾ ਮੇਰੀ ਮੇਰੀ ਜਿਹੜੀ ਰਿਪੋਰਟ ਆ ਰਿਪੋਰਟ ਦੇ ਮੁਤਾਬਿਕ ਮੇਰੀ ਮੇਰੀ ਕੋਈ ਸਰ ਮੇਰੇ ਕੋਲ 1,000 ਰੁਪਏ ਦੀ ਲਵੜੀ ਮੰਗ ਕਰਦਾ ਜੀ ਮੇਰਾ ਕੰਮ ਹੈਗਾ ਸਬਜ਼ੀ ਦਾ, ਮੇਰੇ ਕੋਲ 1,000 ਰੁਪਏ ਨਹੀਂ ਦਿੱਤਾ ਗਿਆ ਲਵੜੀ, ਮੇਰੇ ਕੋਲ 1,000 ਮੰਗਦਾ ਮੈਂ ਕਿਹਾ ਨਹੀਂ ਦੇਣਾ, ਮੇਰੇ ਘਰੇ ਆ ਕੇ ਮੇਰੇ ਗੱਲ ਪੈ ਗਿਆ ਮੇਰੀ ਮੇਰੀ ਧੌਣ ਤੇ ਪਿੱਛੇ ਲੱਗ ਕੇ ਕਾਹਦਾ ਮੰਗਦਾ ਐਵੇਂ ਹੀ ਗੁੰਡਾ ਟੈਕਸ ਗੁੰਡਾ ਟੈਕਸ 1,000 ਰੁਪਏ ਦਾ ਵੀ ਕੰਮ ਕੋਈ ਨਹੀਂ ਕਰਦਾ, ਇਹ ਕਹਿੰਦਾ ਮੈਂ ਸਮਾਜ ਸੇਵਕ ਨਹੀਂ ਹੈਗਾ, ਇਹ ਕੋਈ ਕੰਮ ਨਹੀਂ ਕਰਦਾ, ਇਹ ਕਹਿੰਦਾ ਮੈਂ ਸਬਜ਼ੀ ਵੇਚਦਾ, ਕੋਈ ਸਬਜ਼ੀ ਨਹੀਂ ਵੇਚਦਾ ਕਿ ਇਸ ਤਰ੍ਹਾਂ ਹੀ ਮਤਲਬ ਕਦੀ ਕਿਸੇ ਦੇ ਮੇਰਾ ਮਾਰ ਹੱਥ ਕੀ ਲੈ ਕੇ ਆਏ ਜੀ, ਇਹ ਮੈਂ ਅੱਜ ਪੈਟਰੋਲ ਲੈ ਕੇ ਆਇਆ ਜੋ ਵੀ ਅਟਮੈਕ ਵੀ इस बाबत जो ACP सेंट्रल ना गलबात की गई तो उन्होंने कहना सी कि मैं अपने दफ्तर पहुंचने का पीड़ितों नूं समां दित्ता सी, पर वो मेरे दफ्तर आने की बजाय डीसी दफ्तर पहुँच के इन्हां दे मामलात सुने जाएंगे, इल्जाम जो भी ने सुने जाएंगे तो उन्होंने बनती कार्रवाई भी की जाएगी। ਕੰਪਲੇਂਟ ਇਹਨਾਂ ਨੇ ਕੀਤੀ ਸੀ 2-3 ਮਹੀਨੇ ਪਹਿਲਾਂ, ਔਰ ਮੈਂ SHO ਨੂੰ ਕਿਹਾ ਵੀ ਸੀ, SHO ਗਏ ਵੀ, ਇਹਨਾਂ ਦਾ ਜੇ ਮਸਲਾ ਹੱਲ ਨਹੀਂ ਸੀ ਹੋਇਆ, ਇਹਨਾਂ ਦਾ ਪ੍ਰਜਵੰਦ ਮੇਰੇ ਕੋਲ ਆਉਂਦੇ ਜਾਂ ਮੈਨੂੰ ਫੋਨ ਕਰ ਦਿੰਦੇ ਵੀ ਸਾਡਾ ਮਸਲਾ ਹੱਲ ਨਹੀਂ ਹੋਇਆ, ਇਹਨਾਂ ਨੇ ਮੁੜ ਕੇ ਮੈਨੂੰ ਅਪਰੋਚ ਨਹੀਂ ਕੀਤੀ। ਇਹਨਾਂ ਨੇ ਹੁਣ ਰਾਤੀ ਜਦੋਂ ਗੱਲ ਚੱਲੀ ਆ SHO ਨਾਲ, ਇਹਨਾਂ ਦੇ ਐਡਵੋਕੇਟ ਦੀ ਵੀ ਗੱਲ ਹੋਈ ਹੈ, ਇਹਨਾਂ ਦੀ ਵੀ ਗੱਲ ਹੋਈ ਵੀ ਸਵੇਰੇ 10 ਵਜੇ ਅਸੀਂ ACP ਸਾਹਿਬ ਦੇ ਦਫ਼ਤਰ ਆ ਜਾਂਦੇ ਹਾਂ, ਉੱਥੇ ਬੈਠ ਕੇ ਜੋ ਤੁਹਾਡੀ ਬਣਦੀ ਕਾਰਵਾਈ ਆਪਾਂ ਕਰ ਦਿੰਦੇ ਹਾਂ। ਇਹ ਇੱਧਰ ਆ ਗਏ ਨੇ, ਮੈਂ ਇਹਨਾਂ ਨੂੰ ਹੁਣ ਇਹਨਾਂ ਨੂੰ ਇਹੀ ਗੱਲ ਕਹਿਣ ਆਇਆ ਵੀ ਸਖ਼ਤ ਤੁਸੀਂ ਮੇਰੇ ਕੋਲ ਆਓ, ਜੋ ਇਹਨਾਂ ਦੀ ਬਣਦੀ ਕਾਰਵਾਈ ਹੈ ਕਾਨੂੰਨੀ ਕਾਰਵਾਈ ਆਪਾਂ ਕਰ। ਦੱਸ ਦਈਏ ਕਿ ਗੁੱਡੀ ਪ੍ਰਧਾਨ ਉਹੀ ਹੈ ਜੋ ਬੀਤੇ ਦਿਨੀ ਇੱਕ ਅੰਮ੍ਰਿਤਸਰ ਦੇ ਹੀ ਗੇਟ ਹਕੀਮਾ ਦੇ ਵਿੱਚ ਇੱਕ ਚਿਕਨ ਦੀ ਦੁਕਾਨ ਦੇ ਉੱਤੇ ਉਸਦੇ ਮੁੰਡਿਆਂ ਦੇ ਵੱਲੋਂ ਧੱਕੇਸ਼ਾਹੀ ਕੀਤੀ ਗਈ ਅਤੇ ਪੈਸੇ ਪੂਰੇ ਨਾ ਦੇਣ ਦੇ ਬਦਲੇ ਨੌਜਵਾਨਾਂ ਦੀ ਕੁੱਟਮਾਰ ਕੀਤੀ ਗਈ ਸੀ। ਉੱਥੇ ਇਸ ਨੌਜਵਾਨ ਰਵੇਸ਼ ਕੁਮਾਰ ਦੇ ਵੱਲੋਂ ਵੀ ਆਪਣਾ ਦਰਦ ਬਿਆਨ ਕੀਤਾ ਗਿਆ ਸੀ, ਪਰ ਅੱਜ ਇਨਸਾਫ ਨਾ ਮਿਲਣ ਦੇ ਕਾਰਨ ਨੌਜਵਾਨ ਪੈਟਰੋਲ ਦੀਆਂ ਬੋਤਲਾਂ ਫੜ ਕੇ ਪਰਿਵਾਰ ਸਮੇਤ DC ਦਫ਼ਤਰ ਪਹੁੰਚਿਆ। ਤਾਂ ਦੇਖਣਾ ਹੋਵੇਗਾ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਪ੍ਰਸ਼ਾਸਨ ਕਿੰਨੀ ਜਲਦੀ ਸਹੀ ਅਤੇ ਸਟੀਕ ਕਾਰਵਾਈ ਅਮਲ 'ਚ ਲਿਆਉਂਦਾ ਹੈ। ਅੰਮ੍ਰਿਤਸਰ ਤੋਂ ਹਿਮਾਂਸ਼ੂ ਸ਼ਰਮਾ ਦੀ ਰਿਪੋਰਟ।